ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੈਂ ਰਾਜਵਿੰਦਰ ਸਿੰਘ, BTM ਖੇਤੀਬਾੜੀ ਵਿਭਾਗ ਫਾਜ਼ਿਲਕਾ। ਕਿਸਾਨ ਵੀਰੋ, ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਦੀ ਸਾਂਭ ਸੰਭਾਲ ਹੈ ਜਿਹੜੀ, ਉਹ ਇੱਕ ਬਹੁਤ ਵੱਡਾ ਚੈਲੰਜ ਹੈ ਸਾਡੇ ਲਈ। ਬੀਤੇ ਕਈ ਸਾਲਾਂ ਤੋਂ ਅਸੀਂ ਅਲੱਗ ਅਲੱਗ ਸੰਦਾਂ ਨਾਲ ਤਜਰਬੇ ਕਰ ਰਹੇ ਹਾਂ। ਮਹਿਕਮਾ ਖੇਤੀਬਾੜੀ ਵੱਲੋਂ ਕਿਸਾਨਾਂ ਨੂੰ ਬਹੁਤ ਵੱਡੀ ਪੱਧਰ 'ਤੇ ਅਲੱਗ ਅਲੱਗ ਸੰਦ ਵੀ ਦਿੱਤੇ ਗਏ ਹੈ, ਜਿਨ੍ਹਾਂ ਦੀ ਕੀਮਤ ਕਾਫ਼ੀ ਜ਼ਿਆਦਾ ਹੈ ਔਰ ਹਰ ਇੱਕ ਕਿਸਾਨ ਉਹਨੂੰ ਲੈ ਨਹੀਂ ਸਕਦਾ। ਪਰ ਕੁਛ ਕਿਸਾਨ ਸਾਡੇ ਅਗਾਂਹ ਵਧੂ ਕਿਸਾਨ ਇਹੋ ਜਿਹੇ ਹੈ ਜਿਹੜੇ ਪਿਛਲੇ 2-3 ਸਾਲਾਂ ਤੋਂ ਅਲੱਗ ਅਲੱਗ ਤਜਰਬੇ ਕਰ ਰਹੇ ਹੈ, ਜਿਨ੍ਹਾਂ ਦੇ ਵਿੱਚ ਘੱਟ ਤੋਂ ਘੱਟ ਮਸ਼ੀਨਾਂ ਦੀ ਜ਼ਰੂਰਤ ਪੈਂਦੀ ਹੈ। ਉਹ ਹੈ ਮਲਚਿੰਗ ਵਾਲੀ ਕਣਕ ਜਿਹੜੀ 3 ਸਾਲਾਂ ਤੋਂ ਸਾਡੇ ਨਾਲ ਨੇ ਕਿਸਾਨ ਸ਼ਮਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਪਿੰਡ ਆਵਾ। ਇਹ ਪਿਛਲੇ 3-4 ਸਾਲ ਤੋਂ ਮਲਚਿੰਗ ਵਾਲੀ ਕਣਕ ਬੀਜ ਰਹੇ ਹਨ, ਜਿਹਦੇ ਬਾਰੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ ਸ਼ਮਿੰਦਰ ਸਿੰਘ ਜੀ, ਇਹ ਦੱਸੋ ਵੀ ਤੁਸੀਂ ਕਿੰਨੇ ਸਾਲ ਤੋਂ ਇਹ ਕਣਕ ਮਲਚਿੰਗ ਵਾਲੀ ਬੀਜ ਰਹੇ? ਅਸੀਂ ਕਣਕ ਮਲਚਿੰਗ ਵਾਲੀ 3 ਸਾਲ ਤੋਂ ਬੀਜ ਰਹੇ ਹਾਂ। ਵੈਸੇ ਮੈਂ ਅੱਗ ਅਸੀਂ 8 ਸਾਲ ਤੋਂ ਨਹੀਂ ਲਾ ਰਹੇ। ਠੀਕ ਹੈ। ਅਤੇ ਤੁਸੀਂ ਕਿਸੇ ਹੋਰ ਸੰਦ ਨਾਲ ਵੀ ਬਿਜਾਈ ਕੀਤੀ ਸੀ ਪਹਿਲਾਂ? ਪਹਿਲਾਂ ਅਸੀਂ ਪਲਾਓ ਨਾਲ ਕਰਦੇ ਰਹੇ ਹਾਂ ਜੀ, 3 ਸਾਲ ਅਸੀਂ ਪਲਾਓ ਮਾਰਦੇ ਰਹੇ ਹਾਂ। ਠੀਕ ਹੈ। ਉਹਦੇ ਨਾਲ ਜ਼ਮੀਨ ਵੀ ਉੱਚੀ ਨੀਵੀਂ ਹੋ ਜਾਂਦੀ ਸੀ, ਝਾੜ ਤਾਂ ਕਣਕ ਦਾ ਠੀਕ ਹੋ ਜਾਂਦਾ ਸੀ, ਜ਼ਮੀਨ ਉੱਚੀ ਨੀਵੀਂ ਹੋ ਜਾਂਦੀ ਸੀ, ਡੀਜ਼ਲ ਦਾ ਖਰਚਾ ਵੱਧ ਜਾਂਦਾ ਸੀਗਾ। ਠੀਕ ਹੈ। ਅਤੇ ਫਿਰ ਝੋਨੇ 'ਚ ਵੀ ਪ੍ਰੋਬਲਮ ਆਉਂਦੀ ਸੀ, ਪਾਣੀ ਨਹੀਂ ਖੜਦਾ ਸੀ। ਠੀਕ ਹੈ। ਫਿਰ ਸਾਨੂੰ ਪਿਛਲੇ 3 ਸਾਲਾਂ ਤੋਂ ਮੈਂ ਮਲਚਿੰਗ ਨਾਲ ਬੀਜ ਰਿਹਾ। ਠੀਕ ਹੈ। ਅਤੇ ਠੀਕ, ਇਹਦੇ ਵਿੱਚ ਤੁਸੀਂ ਕੀ ਕਿਵੇਂ ਸ਼ੁਰੂਆਤ ਕਰਦੇ ਹੋ? ਜੇ ਆਪਾਂ ਇੱਕ ਆਮ ਕਿਸਾਨ ਨੂੰ ਦੱਸਣਾ ਹੋਵੇ ਵੀ ਮਲਚਿੰਗ ਵਾਲੀ ਕਣਕ ਬੀਜਣੀ, ਉਹਦੀ ਤਿਆਰੀ ਝੋਨਾ ਵੱਢਣ ਤੋਂ ਪਹਿਲਾਂ ਸ਼ੁਰੂ ਕਰਨੀ ਹੈ ਜਾਂ ਝੋਨਾ ਵੱਢ ਕੇ ਆਪਾਂ ਬਾਅਦ 'ਚ ਕਰ ਸਕਦੇ? ਮਲਚਿੰਗ ਵਾਲੀ ਕਣਕ ਦੀ ਝੋਨਾ ਬੀਜਣ ਤੋਂ ਪਹਿਲਾਂ ਤਿਆਰੀ ਕਰਨੀ ਪੈਣੀ ਤੁਹਾਨੂੰ। ਤੁਸੀਂ, ਤੁਹਾਡੇ ਦਿਲ ਦਿਮਾਗ 'ਚ ਆਉਣਾ ਚਾਹੀਦਾ ਵੀ ਅਸੀਂ ਮਲਚਿੰਗ ਵਾਲੀ ਕਣਕ ਬੀਜਣੀ ਹੈ, ਝੋਨੇ ਦੇ ਉਸ ਤਰੀਕੇ ਨਾਲ ਕਿਆਰੇ ਪਾਓ, 4-4 ਕਨਾਲਾਂ ਦਾ ਕਿਆਰਾ ਜਿੱਦਾਂ ਤੁਹਾਡੇ ਖੇਤ ਦੇ ਮੁਤਾਬਕ, 4 ਕਨਾਲ ਦਾ ਕਿਆਰਾ ਝੋਨਾ ਬੀਜਣ ਲੱਗੇ ਪਾਓ। ਠੀਕ ਹੈ। ਜੇ ਤੁਸੀਂ ਤਿਆਰੀ ਪਹਿਲੇ ਦਿਮਾਗ 'ਚ ਰੱਖੋਗੇ ਤਾਂ ਹੀ ਤੁਸੀਂ ਕਾਮਯਾਬ ਹੋ ਜਾਓਗੇ। ਠੀਕ ਹੈ। 4 ਕਨਾਲਾਂ ਦਾ ਕਿਆਰਾ ਪਾਓ ਜੀ, ਅਤੇ ਝੋਨਾ ਵੱਢਦੇ ਸਾਰ ਕੋਸ਼ਿਸ਼ ਕਰੋ ਇਹਨੂੰ 20-25 ਦਿਨ ਪਹਿਲਾਂ ਪਾਣੀ ਬੰਦ ਕਰੋ ਝੋਨੇ ਨੂੰ। ਹਾਂਜੀ, ਕਿਉਂਕਿ ਕਣਕ ਦਾ ਵੀ ਉਹ ਵੱਤਰ ਤਾਂ ਆਪਾਂ ਨੂੰ ਚਾਹੀਦਾ ਨਹੀਂ। ਠੀਕ ਹੈ। ਜੇ ਵੱਤਰ ਹੈ ਨਹੀਂ ਕਣਕ ਦੇ, ਝੋਨੇ ਵੇਚਦੇ ਜ਼ਮੀਨ ਸੁੱਕੀ ਆ, ਅਤੇ ਤਾਂ ਹੀ ਫਿਰ ਤੁਹਾਡੀ ਜਿਹੜੀ ਕਣਕ ਦਾ ਉਗਰਾਹ ਵਧੀਆ ਆਊਗਾ, ਪਾਣੀ ਛੇਤੀ ਪੀਊਗਾ। ਠੀਕ ਹੈ। ਅਤੇ ਤੁਸੀਂ ਕਿਹੜਾ ਸੰਦ ਮਾਰਦੇ ਹੋ ਝੋਨਾ ਵੱਢਣ ਤੋਂ ਬਾਅਦ, ਜਾਂ ਬੀਜ ਦਾ ਛਿੱਟਾ ਕਿਵੇਂ ਦਿੰਦੇ ਆ, ਖਾਦ ਕਿਵੇਂ ਦਿੰਦੇ ਆ, ਉਹਦੇ ਬਾਰੇ ਦੱਸੋ। ਅਸੀਂ ਬੰਦਿਆਂ ਨਾਲ ਹੀ ਛਿੱਟਾ ਦਿੰਦੇ ਹਾਂ ਜੀ, ਕਣਕ ਦਾ ਵੀ ਬੰਦਿਆਂ ਨਾਲ ਦੇਤਾ, ਹੱਥਾਂ ਨਾਲ ਦੇਤਾ, ਰੇਹ ਦਾ ਵੀ ਐਵੇਂ ਦੇਤਾ। ਪਹਿਲੇ ਸਾਲ ਅਸੀਂ ਮਲਚਿੰਗ ਮਾਰਿਆ ਸੀ, ਮਲਚਰ ਮਾਰਿਆ। ਮਲਚਰ ਦਾ ਇੱਕ ਤਾਂ ਟਰੈਕਟਰ ਵੀ ਵੱਡਾ ਚਾਹੀਦਾ, ਚਲੋ ਉਹ ਤਾਂ ਕੋਈ ਨਹੀਂ ਜ਼ਿਮੀਂਦਾਰ ਕੋਲ ਹੁੰਦਾ, ਪਰ ਉਹਦੀ ਥੋੜ੍ਹੀ ਜਿਹੀ ਪ੍ਰੋਬਲਮ ਆ ਜਾਂਦੀ, ਉਹ ਮਲਚਿੰਗ ਨਾਲ ਬਰੀਕ ਬਹੁਤ ਕਰ ਦਿੰਦਾ ਉਹ, ਅਤੇ ਉਹਦੇ ਨਾਲ ਧੁੱਪ ਨਹੀਂ ਪੈਂਦੀ ਜ਼ਮੀਨ 'ਚ। ਇੱਕ ਥੱਲੇ ਜਦੋਂ ਧੁੱਪ ਨਹੀਂ ਪੈਂਦੀ ਤਾਂ ਉਗਰਾਹ ਸਹੀ ਨਹੀਂ ਹੁੰਦਾ, ਪਾਣੀ ਨਹੀਂ ਸੁੱਕਦਾ। ਠੀਕ ਹੈ। ਅਤੇ ਪਿਛਲੇ 2 ਸਾਲਾਂ ਤੋਂ ਫਿਰ ਅਸੀਂ ਮਲਚਿੰਗ ਨਹੀਂ ਮਾਰਦੇ, ਮਲਚਰ ਨਹੀਂ ਮਾਰਦੇ, ਅਸੀਂ ਰੀਪਰ ਮਾਰਦੇ, ਜਿਹੜਾ ਸਧਾਰਨ ਰੀਪਰ। ਠੀਕ ਹੈ। ਇਹ ਛੋਟੇ ਗੇਅਰ 'ਚ ਕਰਕੇ ਮਾਰ ਦਿੰਦੇ ਹਾਂ ਅਤੇ ਦੂਰਾ ਮਾਰ ਦਿੰਦੇ ਹਾਂ। ਅੱਛਾ, ਕਣਕ ਦੇ ਬੀਜ ਦਾ ਛਿੱਟਾ ਜਿਹੜਾ ਤੁਸੀਂ ਮਲਚਰ ਮਾਰਨ ਤੋਂ ਜਾਂ ਰੀਪਰ ਮਾਰਨ ਤੋਂ ਪਹਿਲਾਂ ਦਿੰਦੇ? ਹਾਂ, ਰੀਪਰ ਮਾਰਨ ਤੋਂ ਪਹਿਲਾਂ ਅਸੀਂ ਦਿੰਦੇ ਹਾਂ, ਪਹਿਲਾਂ ਅਸੀਂ ਉਤਲੀ ਜਿਹੜੀ ਪਰਾਲੀ ਹੈ ਜੀ ਉਹ ਖਿਲਾਰ ਦੇ। ਠੀਕ ਹੈ। ਚਾਹੇ ਟਰੈਕਟਰ ਨਾਲ ਖਿਲਾਰ ਦੇਈਏ, ਚਾਹੇ ਬੰਦਿਆਂ ਨਾਲ ਖਿਲਾਰ ਦੇਈਏ। ਠੀਕ ਹੈ। ਫਿਰ ਉਸ ਤੋਂ ਬਾਅਦ ਛਿੱਟਾ ਮਾਰ ਦਿੰਦੇ ਕਣਕ ਦਾ, DAP ਦਾ ਛਿੱਟਾ ਮਾਰ ਕੇ ਅਤੇ ਰੀਪਰ ਮਾਰ ਦੇਈਦਾ। ਠੀਕ ਹੈ। ਅਤੇ ਇਹਦੇ ਵਿੱਚ ਇੱਕ ਤਾਂ ਜੇ ਤੁਹਾਡੇ ਪਾਣੀ ਨਹੀਂ ਜ਼ਮੀਨ 'ਚ, ਜ਼ਮੀਨ ਤੁਹਾਡੀ ਪਾਣੀ ਘੱਟ ਪੀਂਦੀ ਆ, ਅਤੇ ਉਹਦੇ ਵਿੱਚ ਚਿਜਲਰ ਮਾਰ ਦਿਓ। ਠੀਕ ਹੈ। ਵੱਟਾਂ ਦੇ ਨਾਲ ਇੱਕ ਵਾਹਣ ਦੇ ਕਿੱਲੇ ਦੇ ਵਿੱਚ 2-3 ਗੇੜੇ ਮਾਰ ਦਿਓ, ਤਾਂ ਵੀ ਕਾਮਯਾਬ ਆ। ਪਰ ਮੈਨੂੰ ਇਹ ਕਿ ਥੋੜ੍ਹਾ ਜਿਹਾ ਇੱਕ ਤਰੀਕਾ ਹੋਰ ਅਸੀਂ ਬਣਾਇਆ, ਅਸੀਂ ਵਰਮਾ ਹੁੰਦਾ, ਹੱਥ ਵਾਲਾ ਵਰਮਾ, 1 ਕਿੱਲੇ ਦੇ ਵਿੱਚ 20-25 ਟੋਏ ਮਾਰਤੇ ਕਣਕ ਪਹਿਲਾਂ ਮਾਰ ਦਿਓ। ਠੀਕ ਹੈ। ਕਣਕ ਬੀਜਣ ਤੋਂ ਪਾਣੀ ਲਾਉਣ ਤੋਂ ਪਹਿਲਾਂ 20 ਟੋਏ ਮਾਰ ਦਿਓ ਤੁਸੀਂ, 1 ਕਿੱਲੇ ਦੇ ਵਿੱਚ 2-2 ਫੁੱਟ ਡੂੰਘੇ ਟੋਏ ਮਾਰ ਦਿਓ, ਅਤੇ ਪਾਣੀ ਖੜਦਾ ਹੀ ਨਹੀਂ ਤੁਹਾਡੇ। ਬਿਲਕੁਲ। ਅੱਛਾ, ਬੀਜ ਤੁਸੀਂ ਕਿੰਨਾ ਪਾ ਰਹੇ ਹੋ? ਦੇਖੋ, ਬੀਜ ਤਾਂ ਜੇ ਸਹੀ ਉਕਰਿਆ ਵੀ ਜੀ 40 ਕਿਲੋ ਹੀ ਬਹੁਤ ਆ। ਠੀਕ ਹੈ। 40 ਕਿਲੋ ਕਣਕ ਦਾ ਬੀਜ ਬਹੁਤ ਆ, ਅਤੇ ਵੱਧ ਬੀਜ ਪਾਵਾਂਗੇ ਤਾਂ ਇਹਦਾ ਡਿੱਗ ਸਕਦੀ ਆ, ਜ਼ਿਆਦਾ ਸੰਘਣਾ ਉਕਰਿਆ ਹੋਊਗਾ, ਪਰ ਮੈਂ ਤਾਂ 50 ਕਿਲੋ ਬੀਜ ਪਾਇਆ ਜੀ। ਅੱਛਾ, ਕਿਹੜੀਆਂ ਵਰਾਇਟੀਆਂ ਦੇ ਜ਼ਿਆਦਾ ਕਾਮਯਾਬ? ਜਿਹੜੀ ਵਰਾਇਟੀਆਂ ਹੁਣ ਜੀ 303 ਕਾਮਯਾਬ ਹੈ ਜੀ। ਠੀਕ ਹੈ। 187 ਆ, 303 ਇਹ ਬੀਜ ਤਕੜਾ ਜੀ, ਇਹਨਾਂ ਦਾ ਬੀਜ ਖਰਾਬ ਨਹੀਂ ਹੁੰਦਾ। ਜਿਹੜੀ 30-86 ਦਾ ਬੀਜ ਛੇਤੀ ਖਰਾਬ ਹੋ ਜਾਂਦਾ, ਪਾਣੀ ਜ਼ਿਆਦਾ ਖੜ ਜਾਵੇ। ਠੀਕ ਹੈ। ਇਹ ਅਤੇ ਬਾਕੀ ਯੂਨੀਵਰਸਿਟੀ ਨੂੰ ਚਾਹੀਦਾ, ਤਜਰਬੇ ਕਰਨੇ ਚਾਹੀਦੇ ਆ, ਇਹ ਸਾਨੂੰ ਉਹ ਬੀਜ ਦੇਣ ਜਿਨ੍ਹਾਂ ਦਾ ਉਹਦਾ ਉਗਰਾਹ ਉਹਦਾ ਦੂਸਰੀ ਕਣਕ ਨਾਲੋਂ ਜ਼ਿਆਦਾ ਲੰਮਾ ਹੋਵੇ, ਜਿਹੜਾ ਕਿ ਪਰਾਲੀ ਤੋਂ ਛੇਤੀ ਬਾਹਰ ਆਵੇ। ਠੀਕ ਹੈ। ਇਹ ਯੂਨੀਵਰਸਿਟੀ ਆਪ ਤਜਰਬੇ ਕਰੇ, ਉਹ ਰਿਕਮੈਂਡ ਕਰੇ ਵੀ ਆਹ ਬੀਜ ਚਾਹੀਦਾ ਜੀ। ਇਹ ਆਹ ਜਿਹੜੀ ਵਰਾਇਟੀ ਹੈ ਇਹ ਕਿਹੜੀ ਵਰਾਇਟੀ ਤੁਹਾਡੀ? ਇਹ ਤਾਂ ਜੀ 187 ਬੀਜੀ। 187 187 ਅਤੇ 30-86 ਮੈਂ ਰਲਾ ਕੇ ਬੀਜੀ ਜੀ। ਇਹ ਕਿੰਨੀ ਤਰੀਕ ਦੀ ਬਿਜਾਈ ਤੁਹਾਡੀ? ਇਹ ਸਾਡੀ ਹੈਗੀ 27 ਅਕਤੂਬਰ ਦੀ ਬਿਜਾਈ ਜੀ। ਇਹ 27 ਅਕਤੂਬਰ ਦੀ ਬਿਜਾਈ ਹੈ, ਆਹ ਦਿਖਾਓ ਜੀ ਜਰਾ। ਹਾਂ, ਦੇਖੋ ਕਣਕ ਨੇ ਬਹੁਤ ਵਧੀਆ ਬੂਟਾ ਮਾਰਿਆ ਹੋਇਆ, ਕੋਈ ਇਹਦੇ 'ਚ ਕਮੀ ਨਹੀਂ ਹੈਗੀ। ਆਮ ਕਣਕ ਨਾਲੋਂ ਇਹ ਸੰਘਣੀ ਆ, ਦੇਖੋ ਇਸ ਤਰ੍ਹਾਂ ਦਾ ਬੂਟਾ
ਤੁਹਾਨੂੰ ਨਹੀਂ ਦਿਸਣਾ ਕਿਤੇ ਵੀ। ਇਹ ਨਵੀਂ ਵੈਰਾਈਟੀ ਆਈ ਹੈ ਜੀ 800, ਆਹ ਜਿਹੜੀ ਚਾਰ ਕਰਨਾਲਾ ਸਾਰੀ ਦੀ ਨਵੀਂ ਵੈਰਾਈਟੀ 826 ਬੀਜੀ ਹੈ ਜੀ। ਮੈਨੂੰ ਉਹਦਾ ਉਗਰਾ ਸਾਰਿਆਂ ਨੂੰ ਜ਼ਿਆਦਾ ਵਧੀਆ ਲੱਗਿਆ, ਉਬਾਲਾ ਵੀ ਠੀਕ ਹੈ ਜੀ, ਬਹੁਤ ਤਕੜੀ ਖੜੀ ਕਰਨਾਲ ਵਿਖਾਉਣੇ। ਇੱਧਰ ਮਾਰੀ ਕੈਮਰਾ, ਆਹ ਇੱਕੇ ਦਿਨ ਬੀਜੀ ਅਸੀਂ। ਹਾਂ ਇਹ ਤੁਸੀਂ ਦੱਸੋ ਤਾਂ ਝਾੜ ਪਿਛਲੇ ਸਾਲ ਕਿੰਨਾ ਨਿਕਲਿਆ ਸੀ ਤੁਹਾਡਾ? ਨਹੀਂ ਪਿਛਲੇ ਸਾਲ ਤਾਂ ਜੀ ਝਾੜ ਘੱਟ ਸੀ, ਸਾਰਿਆਂ ਦੇ ਘੱਟ ਸੀ, ਮੇਰਾ 49 ਮਨ ਦੀ ਔਸਤ ਆਈ ਜੀ। ਠੀਕ ਹੈ, ਕਿਉਂਕਿ ਜੇ ਦੂਸਰੇ ਵਾਹਣਾਂ ਦੇ ਮੁਕਾਬਲੇ ਕਰੀਏ ਤਾਂ 5 ਮਨ ਕਿੱਲੇ ਤਾਂ ਵਧਿਆ, ਬਾਕੀ ਮੇਰੇ ਪਿੰਡ 'ਚ ਤਾਂ 45-42 ਮਨ ਤੋਂ ਵਧੀ ਨਹੀਂ ਕਿਸੇ ਦੀ ਕਣਕ, ਮੇਰੀ ਫਿਰ ਵੀ 49 ਮਨ ਆਈ ਤਾਂ 3.5 ਟਰਾਲੀਆਂ ਤੂੜੀ ਬਣੀ ਕਿੱਲੇ ਦੀ। ਠੀਕ ਹੈ, ਮਲਚਿੰਗ ਵਾਲੀ ਕਣਕ ਦੇ ਵਿੱਚ ਉਹ ਤਾਂ ਝਾੜ ਪਿਛਲੇ ਸਾਲ ਸਾਰੇ ਇਲਾਕੇ ਦੇ ਘੱਟ ਸੀਗਾ, ਫਿਰ ਵੀ ਸਾਡਾ 49 ਮਨ ਆ ਗਿਆ। ਮੈਂ ਸਮਝਦਾ ਵੀ ਜੇ ਮਲਚਿੰਗ ਵਾਲੀ ਕਣਕ ਬੀਜੀ ਤਾਂ 49 ਮਨ ਆਇਆ, ਬਿਲਕੁਲ ਦੂਜੀਆਂ ਕਣਕਾਂ ਦੇ ਮੁਕਾਬਲੇ ਦਾ ਝਾੜ ਵਧਿਆ ਤੇ ਐਵੇਂ ਇਹਦਾ ਹਰੇਕ ਸਾਲ ਵਧੂਗਾ ਜੀ। ਤੁਹਾਡੇ ਪਿੰਡ ਕਿੰਨੀ ਕੁ ਬਿਜਾਈ ਇਸ ਤਰ੍ਹਾਂ? ਸਾਡੇ ਪਿੰਡ ਐਤੀ ਜੀ 55 ਕਿੱਲੇ ਬਿਜਾਈ ਕੀਤੀ ਹੈ। ਦੇਖੋ ਕਿਸਾਨ ਵੀਰੋ, 55-60 ਕਿੱਲੇ ਇਹਨਾਂ ਦੇ ਪਿੰਡ ਜਿੱਥੇ ਬਿਜਾਈ ਹੈ 3-4 ਸਾਲ ਤੋਂ। ਅਸੀਂ ਦੋ ਚਾਰ ਪਿੰਡਾਂ 'ਚ ਮੈਂ ਹੋਰ ਵੀ ਬਿਜਾਈ ਆ, ਜਿਨ੍ਹਾਂ ਨੇ ਮੇਰੇ ਮਗਰ ਲੱਗ ਕੇ ਉਹਨਾਂ ਨੂੰ ਮੈਂ ਦੱਸਿਆ ਜਾ ਕੇ, 2-3 ਪਿੰਡਾਂ 'ਚ ਅਸੀਂ ਹੋਰ ਵੀ ਬਿਜਾਈ ਆ। ਪਰ ਇਹਦਾ ਤੁਸੀਂ ਸਮੇਂ ਸਰ ਇਹਦੇ 'ਤੇ ਕੈਂਪ ਲਾਓ। ਨਹੀਂ ਅਸੀਂ ਇਹਦੇ 'ਤੇ ਕਰਾਂਗੇ ਆਪਾਂ, ਅੱਜ ਹੈਗੀ ਹੈ 12 ਦਸੰਬਰ ਹੈ, ਸੋ ਅਸੀਂ ਇਹ 25-30 ਦਿਨਾਂ ਨੂੰ ਇੱਕ ਵਾਰੀ ਫਿਰ ਆਵਾਂਗੇ, ਆਖਰ ਤੱਕ ਕਣਕ ਪੱਕਣ ਤੱਕ ਤੁਹਾਨੂੰ ਇਸ ਕਣਕ ਬਾਰੇ ਸਾਰਾ ਦਿਖਾਵਾਂਗੇ ਕਿਸ ਤਰ੍ਹਾਂ ਦੇ ਇਹਦੇ ਹਾਲਾਤ ਹੈ। ਦੇਖੋ ਬਿਲਕੁਲ ਹਰੀ ਔਰ ਬਿਲਕੁਲ ਕੋਈ ਕਿਸੇ ਤਰ੍ਹਾਂ ਦੀ ਘਾਟ ਨਹੀਂ, ਬੂਟਾ ਬਹੁਤ ਵਧੀਆ ਮਾਰ ਰਹੀ ਹੈ ਕਣਕ ਦੂਜੀਆਂ ਕਣਕਾਂ ਨਾਲੋਂ, ਸੋ ਆਪਾਂ ਆਖਰ ਤੱਕ ਇਹਦਾ ਝਾੜ ਵੀ ਚੈੱਕ ਕਰਾਂਗੇ ਅਤੇ ਇਹਨਾਂ ਦੀ ਫੀਡਬੈਕ ਵੀ ਲੈਂਦੇ ਰਹਾਂਗੇ। ਧੰਨਵਾਦ।